ਥਾਣਾ ਛਿਆਟਾ ਵਿਖੇ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ। ਇਹ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਕਿਸੇ ਪਾਰਟੀ ਵੱਲੋਂ ਇੱਕ ਪਾਰਟੀ 'ਤੇ ਗੋਲੀ ਚਲਾਈ ਗਈ। ਪੀੜਿਤ ਪਰਿਵਾਰ ਜਦੋਂ ਆਪਣੀ ਰਿਪੋਰਟ ਲਿਖਾਉਣ ਗਿਆ ਤਾਂ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਇਹ ਸਮਾਚਾਰ ਸੁਣ ਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਮਸੂਨ ਕੁਝ ਪੱਤਰਕਾਰਾਂ ਨਾਲ ਜਦੋਂ ਥਾਣਾ ਛਿਆਟਾ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨਾਲ ਬਦਸਲੂਕੀ ਕੀਤੀ। ਇੰਸਪੈਕਟਰ ਹਰੀਸ਼ ਬਹਿਲ ਅਤੇ ਮੁਨਸ਼ੀ ਸਰਬਜੀਤ ਸਿੰਘ ਨੇ ਪ੍ਰਧਾਨ ਨੂੰ ਗਲੋਂ ਫੜ ਕੇ ਅੰਦਰ ਲੈ ਜਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਲਾ ਦਿੱਤੀ। ਪੁਲਿਸ ਦੀ ਇਸ ਗੁੰਡਾਗਰਦੀ 'ਤੇ ਭੜਕੇ ਹੋਏ ਪੱਤਰਕਾਰਾਂ ਨੇ ਧਰਨਾ ਲਾ ਲਿਆ ਅਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਚੈਨਲ ਹੈੱਡ ਮਨਜੀਤ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ। ਪੰਜਾਬੀ ਐਕਟਿਵ ਟੀਵੀ ਦੀ ਪੇਸ਼ਕਸ਼।